स्वागत है जी तुहाडा बाबा जी एंटरटेनमेंट वालों। मैं नवतेज तुहाडा स्वागत करदा। तो अज असी तुहानू मिलान जा रहे हैं आलमगीर खान साहब नाल, जिहड़े किसी प्रशंसा दे मोहताज नहीं। दुनिया भर में उन्होंने बच्चा बच्चा जानता है, तो उन्होंने गाना बहुत मकबूल होया सी, मौका मौका एक गाना मकबूल होया सीगा जी, चक दे इंडिया, जो बच्चे बच्चे की जबान पर सी। उस तो बाद जेड़ा क्रिकेट नू उत्साहित करने वास्ते सोंग सी, वह सी मौका मौका। अज असी मिलान जा रहे हैं तुहानू आलमगीर साहब नाल। ओ तेरी मेरी मेरी तेरी इक जिंदड़ी, ओ कानू भुल गए ओ प्यार पुराना। आजी क्या बात है, तेरी मेरी मेरी तेरी इक जिंदड़ी, ओ कानू भुल गए ओ प्यार पुराना। जिंद माही जे चले ओ, जिंद माही जे चले ओ पटियाले, ओथों ल्यावी ओए, ओथों ल्यावी रेशमी नाले, अद्धे चिट्टे ओए, अद्धे चिट्टे ते अद्धे काले, इक पल बह जाना, इक पल बह जाना मेरे कोल, तेरे मिठड़े नी वे, ओ तेरे मिठड़े नी लगदे बो। अपने बारे दसो कुछ दर्शकों नूं, पटियाला घराना बारे। पटियाला घराना दे विचों इदू खान साहब दे पोते। ਹਾਂਜੀ, ਇਹ ਤਾਂ ਸਾਡੇ ਲਈ ਬੜਾ ਸੁਭਾਗੇ ਵਾਲੀ ਗੱਲ ਹੈ ਜੀ, ਵੱਡੀ ਗੱਲ ਹੈ। ਹਾਂਜੀ ਹਾਂਜੀ ਹਾਂਜੀ, ਸ਼ੁਕਰ ਹੈ ਪ੍ਰਮਾਤਮਾ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰ ਹੈ। ਪਟਿਆਲੇ ਘਰਾਣੇ 'ਚ ਜਨਮ ਲਿਆ, ਅਤੇ ਦਾਦੇ ਪੜਦਾਦੇ ਸਾਰੇ ਚੰਗੇ ਕਲਾਕਾਰ ਨੇ, ਲੇਜੈਂਡ ਆਰਟਿਸਟ ਨੇ, ਉਹਨਾਂ ਤੋਂ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ, ਸਿੱਖਣ ਦਾ ਮੌਕਾ ਮਿਲਿਆ, ਅਤੇ ਅੱਜ ਮੌਕਾ ਮੌਕਾ ਪੂਰੀ ਦੁਨੀਆ ਗਾ ਰਹੀ ਹੈ। ਮੌਕਾ ਮੌਕਾ ਪੂਰੀ ਦੁਨੀਆ ਗਾ ਰਹੀ ਹੈ, ਬੱਚਾ ਬੱਚਾ ਗਾ ਰਿਹਾ ਜੀ, ਇਹ ਤਾਂ ਮਾਣ ਹੈ ਸਾਨੂੰ, ਮਾਣ ਹੈ ਪੂਰੀ ਦੁਨੀਆ ਨੂੰ, ਮਾਣ ਹੈ ਜੀ। ਮੈਨੂੰ ਫਖਰ ਮਹਿਸੂਸ ਹੁੰਦਾ ਕਿ ਮੈਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ। ਹਾਂ, ਅਤੇ ਪਟਿਆਲੇ ਵਾਲਿਆਂ ਨੂੰ ਵੀ ਮਾਣ ਕਰਨਾ ਚਾਹੀਦਾ, ਪੂਰੇ ਪੰਜਾਬ ਨੂੰ ਮਾਣ ਕਰਨਾ ਚਾਹੀਦਾ ਕਿ ਐਡੀ ਸੋਹਣੀ ਆਵਾਜ਼ ਜਿਹੜੇ ਤੁਹਾਡੇ ਸਾਹਮਣੇ ਮੌਕਾ ਮੌਕਾ ਗਾਇਆ, ਔਰ ਅੱਜ ਕ੍ਰਿਕਟ ਖਿਡਾਰੀਆਂ ਨੂੰ ਅਤੇ ਗੇਮ ਵਾਲਿਆਂ ਨੂੰ ਉਤਸ਼ਾਹਿਤ ਕਰ ਰਹੇ ਨੇ ਭਾਜੀ ਆਲਮਗੀਰ ਖਾਨ ਸਾਹਿਬ। ਹਾਂਜੀ ਹਾਂਜੀ, ਅਤੇ ਕੁਛ ਸੁਣਾਓ ਜੀ ਪਹਿਲਾਂ ਆਪਣੀ ਮਿੱਠੀ ਆਵਾਜ਼ ਵਿੱਚ। ਹੋ ਕਾਲੇ ਰੰਗ ਦਾ ਗੁਲਾਬ ਕੋਈ ਨਾ, ਵੇ ਕਾਲੇ ਰੰਗ ਦਾ ਗੁਲਾਬ ਕੋਈ ਨਾ, ਤੇਰੀਆਂ ਕਿਤਾਬਾਂ ਵਿੱਚ ਨੀ ਸਾਡੀ ਗੱਲ ਦਾ ਜਵਾਬ ਕੋਈ ਨਾ, ਤੇਰੀਆਂ ਕਿਤਾਬਾਂ ਵਿੱਚ ਨੀ ਸਾਡੀ ਗੱਲ ਦਾ ਜਵਾਬ ਕੋਈ ਨਾ। ਸ਼ਹਿਰ ਪਟਿਆਲੇ ਦਾ ਨਾਮ ਪਟਿਆਲਾ ਪੈਗ, ਸ਼ਹਿਰ ਪਟਿਆਲੇ ਦੇ ਮੁੱਛ ਪੁੱਟ ਗਏ। ਹਾਂਜੀ, ਪਟਿਆਲੇ ਪਰਾਂਦੇ, ਪਰਾਂਦੇ ਹਾਂ, ਪਟਿਆਲਾ ਜੁੱਤੀ, ਪਟਿਆਲਾ ਜੁੱਤੀ, ਪਟਿਆਲਾ ਸ਼ਾਹੀ ਸਲਵਾਰ। ਹਾਂਜੀ, ਪਟਿਆਲਾ ਸ਼ਾਹੀ ਪੱਗ, ਮੈਂ ਵੀ ਦੇਖੋ ਜੇ, ਹਾਂ ਬੰਨੀ ਪੱਗ ਸੋਹਣੀ ਲੱਗਦੀ, ਕਿੱਦਾਂ ਦੀ ਹੈ ਜੀ ਵੈਸੇ? ਬਹੁਤ ਸੋਹਣੀ, ਬਹੁਤ ਸੋਹਣੀ। ਥੈਂਕ ਯੂ ਥੈਂਕ ਯੂ। ਹਾਂ, ਪਟਿਆਲੇ ਦਾ ਨਾਮ ਤਾਂ ਵਰਲਡ ਭਰ ਦੇ ਵਿੱਚ ਮਸ਼ਹੂਰ ਹੈ, ਬਿਲਕੁਲ ਜੀ ਬਿਲਕੁਲ, ਬਾਗਾ ਸ਼ਹਿਰ ਪਟਿਆਲਾ। ਹਾਂ ਦੇਖੋ, ਜਿੱਦਾਂ ਮਰਜ਼ੀ ਚਲੇ ਜਾਓ ਤੁਹਾਨੂੰ ਗ੍ਰੀਨਰੀ ਗ੍ਰੀਨਰੀ ਨਜ਼ਰ ਆਏਗੀ, ਇੱਧਰ ਬਾਰਾਦਰੀ ਮੋਤੀ ਬਾਗ, ਠੀਕ ਹੈ ਜੀ, ਹੋਰ ਚਲੇ ਜਾਓ ਇੱਧਰ ਨਿਹਾਲ ਬਾਗ, ਸਾਰੇ ਪਾਸੇ। ਔਰ ਖਾਸ ਕਰਕੇ ਨਾ ਇੱਥੇ ਪਟਿਆਲਾ ਘਰਾਣੇ ਨੂੰ, ਮਤਲਬ ਸੰਗੀਤ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਬੜਾਵਾ ਦਿੱਤਾ। ਦੁਨੀਆ ਭਰ ਦੇ ਜਿੰਨੇ ਵੀ ਮਤਲਬ ਪਾਕਿਸਤਾਨ ਦੇ ਹੋਣ ਸਿੰਗਰ, ਚਾਹੇ ਕੋਈ ਵੀ ਹੋਣ, ਉਹ ਪਟਿਆਲਾ ਘਰਾਣਾ ਦਾ ਜ਼ਿਕਰ ਜ਼ਰੂਰ ਕਰਦੇ ਨੇ, ਕੀ ਗੱਲ ਹੈ ਜੀ? ਹਾਂ, ਜਿੰਨੇ ਵੀ ਲੇਜੈਂਡ ਆਰਟਿਸਟ ਹੋਏ ਨੇ ਨਾ, ਜੋ ਹੁਣ ਗਾ ਰਹੇ ਨੇ, ਚਾਹੇ ਉਹ ਜਿੱਦਾਂ ਨੁਸਰਤ ਅਲੀ ਖਾਨ ਸਾਹਿਬ, ਉਹਨਾਂ ਦਾ ਵੀ ਘਰਾਣਾ ਬੇਸਿਕਲੀ ਪਟਿਆਲਾ ਹੀ ਸੀਗਾ। ਪਟਿਆਲਾ ਘਰਾਣਾ ਦੇ ਸਾਰੇ ਆਰਟਿਸਟ ਸੁਰੀਲੇ ਹੀ ਹੋਏ ਨੇ। ਉਹ ਚੰਗੀ ਗੱਲ ਇਹ ਹੈ ਕਿ ਸਾਡੇ ਪਟਿਆਲੇ ਦਾ, ਪੰਜਾਬ ਦਾ ਪਾਣੀ ਖੁਦ ਇੰਨਾ ਵਧੀਆ, ਤੇ ਰਹਿਣਾ ਸਹਿਣਾ ਖੁੱਲ੍ਹਾ ਡੁੱਲਾ, ਵਧੀਆ ਹਵਾ ਪਾਣੀ ਤਾਜ਼ਾ ਸਾਰਾ ਕੁਛ, ਇਹ ਸ਼ੁਕਰ ਹੈ ਮਾਲਕ ਦਾ। ਆਪਣੇ ਤਾਂ ਕਹਿੰਦੇ ਬੱਚੇ ਵੀ ਜੇ ਰੋਂਦੇ ਉਹ ਵੀ ਸੁਰ ਚ ਰੋਂਦੇ। ਤੇ ਮੈਂ ਤੁਹਾਨੂੰ ਇੱਕ ਗੱਲ ਕਵਾਂਗਾ, ਆਪਣੇ ਇਦੂ ਖਾਨ ਸਾਹਿਬ ਬਾਰੇ ਦੱਸੋ ਤੁਸੀਂ, ਆਪਣੇ ਦਾਦਾ ਜੀ ਬਾਰੇ। ਹਾਂਜੀ, ਮੇਰੇ ਦਾਦਾ ਜੀ ਬੜੇ ਫੇਮਸ ਹੋਏ ਨੇ ਆਪਣੇ, ਬਿਲਕੁਲ ਬਿਲਕੁਲ, ਬੱਚਾ ਬੱਚਾ ਜਾਣਦਾ ਜੀ। ਤੇ ਉਹਨਾਂ ਦੇ ਗਾਣੇ ਤਾਂ ਸਾਰੇ ਲੋਕਾਂ ਨੇ ਸੁਣੇ ਨੇ। ਹਾਂਜੀ, ਤੇ ਹੁਣ ਮੇਰੇ ਚਾਚਾ ਜੀ ਇਹਦੇ ਗਾ ਰਹੇ ਨੇ, ਬੜੇ ਅੱਛੇ ਗਾ ਰਹੇ ਨੇ। ਹਾਂਜੀ ਹਾਂਜੀ ਹਾਂਜੀ, ਬੜਾ ਨਾਮ ਕਮਾ ਰਹੇ ਨੇ, ਸੁੱਖੀ ਖਾਨ ਤੇ ਵਿੱਕੀ ਖਾਨ ਚਾਚਾ ਜੀ। ਅੱਛਾ ਜੀ, ਚਾਚਾ ਕਾਲੇ ਖਾਨ ਜੀ। ਹਾਂਜੀ, ਸਾਰੇ ਚੰਗੇ ਕਲਾਕਾਰ ਨੇ, ਅੱਛੇ ਕਲਾਕਾਰ ਨੇ, ਗਾ ਰਹੇ ਨੇ। ਹਾਂਜੀ, ਤੇ ਦਾਦਾ ਜੀ ਦੀ ਉਹਨੂੰ ਅੱਗੇ ਵਧਾ ਰਹੇ ਨੇ, ਚੰਗੀ ਗੱਲ ਹੈ। ਹਾਂਜੀ, ਮੇਰਾ ਥੋੜ੍ਹਾ ਜਿਹਾ ਬੂਵ ਹੋ ਗਿਆ ਸੀ 20 ਸਾਲ ਪਹਿਲਾਂ ਮੁੰਬਈ,
अच्छा जी मुंबई चला गया मैं ते उत्थे फिर फिल्मां फुल्मां दे गाने गाउण लग गए फिल्मां च कई ते बहुत माण है जी सी बॉलीवुड च गा रहे हो जी बिल्कुल बिल्कुल सानू बहुत माण है जी हां जी हां जी फिर जी मिले 35-40 गाने हिट भी हो गए गा के अच्छा जी ए हुन भी चली जा रहा बैक टू बैक ताई जा रहे ने गाने हां जी हां जी हुन केड़ी मतलब पिछे एल्बम कीती तुसी मैं कुछ सोलो गाने कीते सीगे अच्छा जी ओदा कोई सानू मुखड़ा सुनाओ फिर बिल्कुल सुना दो हां जी गाने कई कीते ने मुखड़ा केड़ा सुनना पसंद करो कोई भी जेड़ा तुहानू पसंद होवे अच्छा अच्छा बिल्कुल मेरे दादा जी उन्हें गाउंदे हुंदे सीगे जब मैं छोटा हुंदा सी हां जी हां जी हां जी उन्हां दी स्टेजां लगदी हुंदी सी बड़े बड़े सरंगी नाल गाउंदे सी ना बड़े बड़े मेले लगदे हुंदे सीगे ਉੱਥੇ ਗਾਉਂਦੇ ਹੁੰਦੇ ਸੀਗੇ ਉਹ ਮੈਂ ਗਾਣਾ ਬਾਲੀਵੁੱਡ ਤੋਂ ਮੇਰੀ ਸਟਾਰਟਿੰਗ ਹੋਈ ਸੀਗੀ ਉਹ ਮੈਂ ਤੁਹਾਨੂੰ ਚਾਰ ਲੈਣਾ ਸੁਣਾਉਣਾ ਹਾਂਜੀ ਨਹੀਂ ਮੈਂ ਸੋਹਣੀਏ ਜਦੋਂ ਦਾ ਤੈਨੂੰ ਵੇਖਿਆ ਏ ਨੀ ਤੇਰੇ ਪਿਆਰ ਨੇ ਪਾ ਲਈ ਜੰਜੀਰ ਖਿੱਚ ਕੇ ਸੀਨਾ ਚੀਰ ਕੇ ਲੀਰੋ ਲੀਰ ਕੀਤਾ ਨੀ ਐਸਾ ਮਾਰਿਆ ਨੈਣਾ ਦਾ ਤੀਰ ਖਿੱਚ ਕੇ ਜੇ ਪਤਾ ਹੁੰਦਾ ਜੁਦਾਈ ਨੇ ਪੈ ਜਾਣਾ ਨੀ ਮੈਂ ਰੱਖ ਲੈਂਦਾ ਤੇਰੀ ਤਸਵੀਰ ਖਿੱਚ ਕੇ ਮੈਂ ਰੱਖ ਲੈਂਦਾ ਤੇਰੀ ਤਸਵੀਰ ਖਿੱਚ ਕੇ ਟਿਉਂ 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 ਮੈਂ ਉਤਰਾਇਆ ਜਿਸ਼ਕ ਦੇ ਅਖਾੜੇ ਵਜਾ ਦੇ ਦੇਸੀ ਬੀਟ ਢੋਲੀਆਂ ਤੇਰੇ ਨੈਣਾ ਮਾਰੇ ਗੋਲੀਆਂ ਲੈ ਜਾਊਂਗਾ ਮੈਂ ਤੈਨੂੰ ਦਿੰਦੇ ਹਾੜੇ ਵਜਾ ਦੇ ਦੇਸੀ ਬੀਟ ਢੋਲੀਆਂ ਕਿਆ ਬਾਤ ਹੈ ਇਹ ਮੇਰਾ ਪਹਿਲਾ ਗਾਣਾ ਸੀਗਾ ਬੋਡੀਗਾਰਡ ਫਿਲਮ ਹੈ ਸਲਮਾਨ ਖਾਨ ਦੀ ਹਾਂਜੀ 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 ਉਹਦੇ ਵਿੱਚ ਪਹਿਲਾ ਮੈਨੂੰ ਬ੍ਰੇਕ ਮਿਲਿਆ ਸੀਗਾ ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਜੀ ਬੜਾ ਹਿੱਟ ਹੋਇਆ ਬਹੁਤ ਬਹੁਤ ਪੰਜਾਬੀ ਬੀਟ ਦੇ ਉੱਤੇ ਬਹੁਤ ਮਸ਼ਹੂਰ ਹੋਇਆ ਜੀ ਬਿਲਕੁਲ ਕਰੀਨਾ ਕਪੂਰ ਦੇ ਉੱਤੇ ਸੀ ਨਾ ਕਰੀਨਾ ਕਪੂਰ ਸਲਮਾਨ ਹਾਂ ਸਲਮਾਨ ਖਾਨ ਸਾਹਿਬ ਹਾਂਜੀ 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 ਰਮੇਸ਼ ਭਾਈ ਦਾ ਮਿਊਜ਼ਿਕ ਸੀ ਹਾਂਜੀ ਤੇ ਬਹੁਤ ਲੋਕਾਂ ਨੇ ਬੰਬੇ ਵਾਲੇ ਨੂੰ ਸਮਝ ਆਉਂਦਾ ਜੀ ਭਾਜੀ ਸਾਰਾ ਇਹਲਾ ਬਿਲਕੁਲ ਆਉਂਦਾ ਬੰਬੇ ਵਾਲੇ ਜਿੰਨੇ ਵੀ ਫਿਲਮਾਂ ਨੇ ਸਾਰੇ ਪੰਜਾਬੀ ਗਾਣੇ ਸਾਰੇ ਪੰਜਾਬੀ ਗਾਣੇ ਹਾਂ ਜੀ ਸੁਣਦੇ ਗਾਣੇ ਹਿੱਟ ਹੁੰਦੇ ਨੇ ਹਾਂਜੀ 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 ਲਾਸਟ ਮੇਰਾ ਆਇਆ ਸੀਗਾ ਯਮਲਾ ਪਗਲਾ دیਵਾਨਾ ਫਿਰ ਸੇ ਫਿਲਮ ਆਈ ਸੀ ਧਰਮਿੰਦਰ ਬੌਬੀ ਦਿਓਲ ਸਨੀ ਦਿਓਲ ਬਿਲਕੁਲ 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 ਉਹ ਤਿੰਨੇ ਬਾਪ ਪੁੱਤ ਨੱਚੇ ਸੀਗੇ ਮੈਂ ਗਾਣਾ ਗਾਇਆ ਸੀਗਾ ਲੱਕ ਟੁਣੋ ਟੁਣੋ ਹਾਂਜੀ ਉਹ ਵੀ ਬੜਾ ਫੇਮਸ ਹੋਇਆ ਸੀ ਵਾਹ ਜੀ ਵਾਹ ਉਹਦੇ ਵੀ ਕਿਤੇ ਬੋਲ ਸੁਣਾਓ ਸਾਨੂੰ ਹਾਂ ਮਜ਼ਾ ਆ ਰਿਹਾ ਕੀ ਬਾਤ ਹੈ ਬ੍ਰਾਈਟ ਕਲਰ ਤੇਰਾ ਐਲਈਡੀ ਸਾ ਪਿੰਕ ਕਲਰ ਦੇ ਲਿਪ ਕੋਕਟੇਲ ਨਾਲ ਭਰੀ ਗਲਾਸੀ ਪੀਵੇਂ ਸਿਪ ਸਿਪ ਰਾਉਂਡ ਰਾਉਂਡ ਤੂੰ ਬੀਟ ਕੇ ਉੱਪਰ ਜਦੋਂ ਘੁਮਾਵੇਂ ਹਿਪ ਤੇਰੀ ਧੋਰ ਤੇ ਦਿਲ ਮੁੰਡਿਆਂ ਦੇ ਮਾਰੇ ਸੌ ਸੌ ਫਲਿੱਪ ਨੱਚਦੀ ਨੂੰ ਵੇਖ ਕੇ ਮੁੰਡਿਆਂ ਨੂੰ ਗਸ਼ ਪਏ ਆਸ਼ਿਕਾਂ ਦਾ ਦਿਲ ਬੋਲੇ ਕੁੱਕੜੂ ਕੁੜੂ ਨਾਲ ਨਾਲ ਨੱਚਦੇ ਮੀ ਐਂਡ ਯੂ ਲੱਕ ਤੇਰਾ ਠੁਮਕੇ ਟੁਣੂ ਟੁਣੂ ਨਾਲ ਨਾਲ ਨੱਚਦੇ ਮੀ ਐਂਡ ਯੂ ਲੱਕ ਤੇਰਾ ਠੁਮਕੇ ਟੁਣੂ ਟੁਣੂ ਨਾਲ ਨਾਲ ਨੱਚਦੇ ਮੀ ਐਂਡ ਯੂ ਲੱਕ ਤੇਰਾ ਠੁਮਕੇ ਟੁਣੂ ਟੁਣੂ ਇਹ ਵੀ ਬੜਾ ਹਿੱਟ ਹੋਇਆ ਸੀ ਗਾਣਾ ਜੀ ਤੇ ਭਾਜੀ ਆਲਮ ਸਾਹਿਬ ਬਾਲੀਵੁੱਡ ਦੀਆਂ ਹਿੰਦੀ ਫਿਲਮਾਂ ਵੀ ਤੁਹਾਨੂੰ ਆਫਰ ਆਈ ਹੋਣੀ ਵੀ ਹਿੰਦੀ ਗਾਣੇ ਗਾਓ ਤੁਸੀਂ ਹਿੰਦੀ ਗਾਣੇ ਵੀ ਕਈ ਗਾਏ ਨੇ ਜੀ ਮੈਂ ਅੱਛਾ ਤਾਂ ਹਿੰਦੀ ਗਾਣਾ ਸੁਣਾਓ ਕੋਈ ਹਿੰਦੀ ਬੜੇ ਗਾਏ ਹਾਂਜੀ ਪੰਜਾਬੀ ਤਾਂ ਨਹੀਂ ਹਿੰਦੀ ਹਿੰਦੀ ਵਿੱਚ ਸੁਣਾਓ ਹਿੰਦੀ ਫਿਲਮਾਂ ਦੇ ਜਿੰਨੇ ਵੀ ਹਾਂਜੀ ਗਾਣੇ ਹੋਏ ਨੇ ਨਾ ਹਾਂਜੀ ਪੰਜਾਬੀ ਹਿੰਦੀ ਮਿਕਸ ਹੀ ਹੋਏ ਹਾਂ ਹਿੰਦੀ ਪਤਾ ਕੀ ਹੈ ਮੇਰੇ ਖਿਆਲ ਵੀ ਬੰਬੇ ਦੀ ਜਿਹੜੀ ਬਾਲੀਵੁੱਡ ਇੰਡਸਟਰੀ ਹੈ ਇੰਡਸਟਰੀ ਹੈ ਉੱਥੇ ਮਿਕਸ ਹੀ ਚੱਲਦਾ ਕਿਉਂਕਿ ਸਾਰੇ ਸਮਝਾ ਸਕੇ ਇਸ ਤਰੀਕੇ ਨਾਲ ਰੱਖ ਕੇ ਮੇਰੇ ਖਿਆਲ ਉਹ ਬਣਾਉਂਦੇ ਨੇ ਨਾ ਗਾਣੇ ਹਾਂਜੀ ਹਾਂਜੀ ਫਿਰ ਸੁਣਾਓ ਸੁਣ ਲਓ ਜੀ ਕਿਹੜਾ ਕਿਹੜਾ ਤੁਹਾਡਾ ਸੁਣਾਓ ਜਿਹੜਾ ਤੁਹਾਨੂੰ ਪਸੰਦ ਹੈ ਤੁਹਾਡਾ ਮਨ ਪਸੰਦ ਹੈ ਨਹੀਂ ਤੁਸੀਂ ਪਹਿਲਾਂ ਸੁਣਾਓ ਤੁਸੀਂ ਦੱਸੋ ਤੁਹਾਡਾ ਫੇਵਰੇਟ ਗਾਣਾ ਕਿਹੜਾ ਨਹੀਂ ਤੁਸੀਂ ਆਪ ਆਪਣੀ ਪਸੰਦ ਦਾ ਸੁਣਾਓ ਮੈਂ ਤੁਹਾਡੀ ਪਸੰਦ ਦਾ ਸੁਣ ਲਈ ਤੁਹਾਨੂੰ ਮੈਂ ਤਾਂ ਹੀ ਲੈ ਕੇ ਆਇਆ ਮੇਰਾ ਮਨ ਨਹੀਂ ਮੈਂ ਤੁਸੀਂ ਨਹੀਂ ਲੈ ਕੇ ਮੈਂ ਆਪ ਹੀ ਆਇਆ ਆਪ ਹੀ ਆਇਓ ਹਾਂ ਠੀਕ ਹੈ ਬੜੀ ਤੁਹਾਡੀ ਕਿਰਪਾ ਜੀ ਆਇਓ ਤੁਸੀਂ ਇਹ ਤਾਂ ਸਾਡਾ ਮਾਣ ਹੈ ਸਾਨੂੰ ਤੁਹਾਡੇ ਉੱਤੇ ਮੇਰਾ ਮਨ ਪਸੰਦ ਗਾਣਾ ਸੀਗਾ ਸ਼ੋਲੇ ਫਿਲਮ ਦਾ ਹਾਂਜੀ ਉਹ ਮੈਂ ਬੜਾ ਗਾਇਆ ਬਚਪਨ 'ਚ ਵੀ ਤੇ ਹੁਣ ਵੀ ਮੈਂ ਗਾਉਣਾ ਅਕਸਰ ਸੁਣਾਉਂਦੇ ਮੈਨੂੰ ਵਧੀਆ ਲੱਗਦਾ ਉਹ ਹਾਂਜੀ ਮੈਂ ਜੱਟ ਅਮਲਾ ਪਗਲਾ ਦੀਵਾਨਾ ਮੈਂ ਜੱਟ ਜਮਲਾ ਪਗਲਾ ਦੀਵਾਨਾ ਓ ਰੱਬਾ ਇਤਨੀ ਸੀ ਬਾਤ ਨਾ ਮਾਨਾ ਕੇ
के ओ मैनू प्यार कर दिए साडे उत्ते ओ मर दिए के ओ मैनू प्यार कर दिए साडे उत्ते ओ मर दिए। गाने सारे अच्छे होंगे बिल्कुल बिल्कुल। तो मेरे ख्याल से इवेंट्स बहुत बहुत गाया है ना वर्ल्ड लेवल देते हैं ना पूरा घूमे हो तुम। हाँ जी हाँ जी शुक्र है मालक का। हाँ जी हाँ जी हाँ जी कितने कितने तुम मतलब टूर लाए ज़्यादा मतलब दस साढ़े दर्शकों को कितने कि पसंद किया गया। अमेरिका ही नहीं गया कला। अच्छा जी छोड़ के बाकी सारे शुक्र है रब का सब। अच्छा जी अच्छा जी अच्छा जी हर जगह परफॉर्म किया हूँ भी कर ही रहा। हाँ जी हाँ जी हाँ जी हाँ जी अजे भी चली जा रहे। हाँ जी बाकी अगे भी रब शुक्र रखी करेंगे। हाँ जी मेरे दोस्तों ने मैं दसिया जी कहते उधर आलम साहब की बहुत डिमांड है बहुत लाइक करते हैं लोगों ने तो ज्यादा मशहूर हो एक गाना आया एक्शन जैक्शन फिल्म का नाम से। हाँ जी अजय देवगन हीरो से उसके बीच। अच्छा जी उस एक गाना जी सूर्य अस्त पंजाबी मस्त। अच्छा जी हाँ सूर्य अस्त पंजाबी मस्त बिल्कुल बिल्कुल पैगशेक वाला गाना होगा मेरे ख्याल। हाँ सुनाओ फिर। ओ ना पिलाना तू पंजाबियों को नाप तोल के ओ ना पिलाना तू पंजाबियों को नाप तोल के दिल वाले हैं ये पीते हैं दिल खोल के सूर्य अस्त पंजाबी मस्त सूर्य अस्त पंजाबी मस्त सूर्य अस्त पंजाबी मस्त मस्त सूर्य अस्त पंजाबी मस्त मस्त सूर्य अस्त पंजाबी मस्त। क्या बात है गाना ये भी बढ़िया पसंद करते हैं लोग। हां जी ये ज्यादा चलता है ब्याह शादियों में बड़ा चलता है गाना। बिल्कुल जी बिल्कुल बिल्कुल करते हैं भाई। वो सुनाओ अपना एक्शन जैक्शन फिल्म वाला। अच्छा जी बाकी बहुत बहुत प्यारा गाना है। हां जी हां जी हां जी हां जी हां जी और थोड़े परिवार के बच्चे थोड़े बारे दसो। परिवार च सारे साडे तक घराना ही गाउंदा है जी सारे। हां जी हां जी कई वैसे लिख दंदे ने असि। हां जी पटियाला घराने तो। हां जी ये पर नहीं मेरा ख्याल है भी तुसी सांभया होया पटियाले घराने जे नाम रोशन कीता ते गल कल सच्ची है साडी साडी पीढ़ी हैगी जी चल रही है ते जिन्ने ये फड़या होया मतलब सांभया होया बिल्कुल 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 दी रवायत है जेड़ी साडी। हां जी कुछ टाइम नहीं चल रही है जा रही है जी। हाँ जी मैं गा रहे हाँ चाची और गा रहे ने। हाँ जी सुखी खान जी बिक्की खान जी बिल्कुल बिल्कुल छोटा भरा अमन खान वो भी बड़ा अच्छा गा रहे हैं चंगे गाने गा रहे हैं। बिल्कुल बिल्कुल तो सानू तो देखो बहुत माण है भी पटियाले घराने के विचों तुसी पहले हो जिन्हां ने बॉलीवुड जाके अपनी धाक जमाई है। सच्ची गल है जमा सही कहा तुसी पटियाले घराने के विच कलाकार तो बड़े हुए ने। हाँ जी पर वर्ल्ड वाइड नाम कमाना ते अच्छे चीज गाना। हाँ जी हाँ जी साफ सुथरी। हाँ जी साफ सुथरी गायकी देनी थोड़ा जा क्लासिकल तो कट के सेमी क्लासिकल थोड़ा जा अपना ऐड करके बिल्कुल 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 जी बिल्कुल पेश कीते जेड़ा लोग पसंद भी कर रहे ने। हां जी हां जी हां जी बिल्कुल शुक्र है मालक दा। हां जी रब चढ़दी कला करे के मेरे सुनन वाले नु भी बिल्कुल ते जेड़े मेरे नाल चलदे ने बेचारे बिल्कुल बजावन वाले साथी या सारे आड़ी मित्र दोस्त सब नु चढ़दी कला करे। हां जी ते पटियाले घराने जड़ा है मशहूर ता भी है क्योंकि जे महाराजा पटियाला सी ना भुपिंदर सिंह वो संगीत नु बहुत प्यार करदे सीगे बहुत पसंद करदे। हां जी ते दरबार च ता कलाकारां दी मतलब एदा महफला लगदियां हुंदियां। हां जी हां जी हां जी हां जी ਉਹੀ ਤਾਂ ਕਾਰਨ ਹੈ ਵੀ ਉਹਨਾਂ ਨੇ ਜੇ ਸਾਥ ਦਿੱਤਾ ਉਹਨਾਂ ਨੇ ਬੜਾਵਾ ਦਿੱਤਾ ਚੰਗੇ ਕਲਾਕਾਰਾਂ ਨੂੰ ਅੱਗੇ ਆਉਣ ਦਾ ਸੋਹਣਿਆ ਬਿਲਕੁਲ 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 ਆਲਮ ਸਾਹਿਬ। ਹਾਂਜੀ ਤਾਂ ਹੀ ਸ਼ਾਇਦ ਅੱਜ ਦੁਨੀਆ ਦੇ ਵਿੱਚ ਨੰਬਰ 1 ਕਿਹਾ ਜਾਂਦਾ ਹੈ। ਬਿਲਕੁਲ ਬਿਲਕੁਲ ਆ ਦੁਨੀਆ ਦੇ ਕਿਸੇ ਕੋਨੇ ਵਿੱਚ ਚਲੇ ਜਾਓ ਤੁਸੀਂ ਤੁਹਾਨੂੰ ਪਟਿਆਲਾ ਘਰਾਣਾ ਦਾ ਨਾਮ ਜ਼ਰੂਰ ਤੁਹਾਨੂੰ ਮਿਲੇਗਾ ਮਸ਼ਹੂਰ ਇੰਨਾ ਮਸ਼ਹੂਰ ਹੈ ਪਟਿਆਲਾ ਘਰਾਣਾ। ਤੁਸੀਂ ਮੈਨੂੰ ਪਟਿਆਲੇ ਤੋਂ ਲੱਗਦੇ ਹੋ। ਹਾਂ ਮੈਂ ਪਟਿਆਲੇ ਤੋਂ ਅੱਜ ਹੀ ਆਇਆ। ਨਹੀਂ ਪਟਿਆਲੇ ਦੀ ਤਾਰੀਫ ਕਰੀ ਜਾਂਦੇ ਤੁਸੀਂ ਬਾਰ ਬਾਰ। ਨਹੀਂ 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 ਤਾਰੀਫ ਤਾਂ ਮੈਂ ਤੁਹਾਡੀ ਕਰ ਰਿਹਾ ਜੀ ਤਾਰੀਫ ਮੈਂ। ਹਾਂ ਮੈਂ ਤੁਹਾਡੀ ਆਵਾਜ਼ ਸੁਣ ਕੇ ਤੁਹਾਡੀ ਆਵਾਜ਼ ਦੀ ਤਾਰੀਫ ਕਰਨ ਆਇਆ ਸੀ। ਬਹੁਤ ਵਧੀਆ ਬਿਲਕੁਲ ਜੀ ਬਿਲਕੁਲ 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 ਮੈਂ ਸੋਚ ਰਿਹਾ ਸੀ ਵੀ ਲੋਕਾਂ ਨੂੰ ਵੀ ਪਤਾ ਚੱਲੇ ਵੀ ਅੱਜ ਸਾਡੇ ਇੰਨੀ ਦੂਰੋਂ ਚੱਲ ਕੇ ਆਏ ਨੇ ਆਲਮ ਸਾਹਿਬ ਅਤੇ ਤੁਹਾਡੇ ਦਰਸ਼ਨ ਕਰਾਈਏ ਲੋਕਾਂ ਨੂੰ ਅਤੇ ਤੁਹਾਡੀ ਮਿੱਠੀ ਆਵਾਜ਼ ਦਾ ਉਹ ਰਸ ਮਾਣ ਸਕਣ ਉਹਨਾਂ ਦੇ ਕੰਨਾਂ ਦੇ ਵਿੱਚ ਰਸ ਘੋਲੇ ਤੁਹਾਡੀ ਆਵਾਜ਼ ਇਸ ਕਰਕੇ ਲੱਗਿਆ ਸਾਰਿਆਂ ਨੂੰ ਮਿਲ ਕੇ। ਥੈਂਕ ਯੂ ਸੋ ਮੱਚ ਲਵ ਯੂ ਹਮੇਸ਼ਾ ਵਸਦੇ ਰਹੋ ਵਸਦੇ ਰਹੋ। ਥੈਂਕ ਯੂ ਸੋ ਮੱਚ ਫੋਰ ਇਨਵਾਈਟਿੰਗ। ਥੈਂਕ ਯੂ ਜੀ ਤੇ ਤੁਸੀਂ ਆਉਂਦੇ ਰਹੋ ਛਾਂਦੇ ਰਹੋ ਆਪਣਾ ਰੰਗ ਜਮਾਉਂਦੇ ਰਹੋ। ਬਿਲਕੁਲ ਜੀ ਬਿਲਕੁਲ।